Litro! 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 Vieni a tenere star litro! 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 ਅੱਜ ਅਸੀਂ ਪੰਜਾਬ ਦੇ ਸਾਂਝੇ ਫਰੰਟ ਵੱਲੋਂ ਵੱਖ ਵੱਖ ਧਿਰਾਂ ਜਿਹੜੀਆਂ ਮੁਲਾਜ਼ਮਾਂ ਦੀਆਂ ਉਹ ਇਕੱਠੀਆਂ ਹੋ ਕੇ, ਚਾਹੇ ਉਹ ਪੈਨਸ਼ਨ ਹੈ ਚਾਹੇ ਮੁਲਾਜ਼ਮ ਹੈ, ਉਸ ਫਰੰਟ ਵੱਲੋਂ ਅੱਜ ਗੜਸ਼ੰਕਰ ਦੇ ਵਿੱਚ ਵੱਡੀ ਰੋਸ ਰੈਲੀ ਕਰਕੇ, ਸ਼ਹਿਰ ਦੇ ਵਿੱਚ ਮਾਰਚ ਕਰਕੇ, ਸਰਕਾਰਾਂ ਦੀ ਜਿਹੜੀ ਸਰਕਾਰ ਹੈ ਉਹਨੇ ਲਾਰੇ ਲਾ ਰਹੀ ਲਗਾਤਾਰ, ਉਹਨਾਂ ਦੀ ਪੰਡ ਫੂਕਣ ਦੀ ਗੱਲ ਕਰਦੇ ਹਾਂ। ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਸਮੇਂ ਦੇ ਵਿੱਚ ਮੁਲਾਜ਼ਮਾਂ ਨੂੰ ਬਹੁਤ ਸਾਰੀਆਂ ਮੀਟਿੰਗਾਂ ਦਿੱਤੀਆਂ, ਪਰ ਇੱਕ ਵੀ ਮੀਟਿੰਗ ਜਿਹੜੀ ਉਹ ਸਿਰੇ ਨਹੀਂ ਚੜ੍ਹੀ। ਮੰਗਾਂ ਜਿਹੜੀਆਂ ਬੜੀਆਂ ਅਹਿਮ ਨੇ, ਜਿਹਦੇ ਵਿੱਚੋਂ ਮੇਨ ਮੰਗ ਹੈ DA ਦੀਆਂ 3 ਕਿਸ਼ਤਾਂ ਸਾਡੀਆਂ ਡਿਊ ਨੇ, ਅੱਜ ਤੱਕ ਨਹੀਂ ਮਿਲੀਆਂ। ਜਿਹੜੀ ਪੈਨਸ਼ਨ ਦੀ ਪੁਰਾਣੀ ਦੀ ਅਸੀਂ ਗੱਲ ਕਰਦੇ ਹਾਂ, ਮੁੱਖ ਮੰਤਰੀ ਸਾਹਿਬ ਨੇ ਪੱਤਰ ਜਾਰੀ ਕਰਿਆ ਸਰਕਾਰ ਨੇ, ਪਰ ਉਹ ਪੈਨਸ਼ਨ ਵੀ ਹਜੇ ਤੱਕ ਲਾਗੂ ਨਹੀਂ ਹੋਈ। ਔਰ ਹਜ਼ਾਰਾਂ ਥਾਵਾਂ ਦੀ ਨਹੀਂ, ਲੱਖਾਂ ਥਾਵਾਂ, ਹਰੇਕ ਡਿਪਾਰਟਮੈਂਟ ਦੇ ਅੰਦਰ ਮਤਲਬ ਭਰਤੀ ਜਿਹੜੀ ਹੈ ਕਰਨ ਲਈ ਪਈਆਂ, ਪਰ ਭਰਤੀ ਕਿਸੇ ਅਦਾਰੇ ਦੇ ਅੰਦਰ ਹੋ ਨਹੀਂ। ਹੁਣ ਮੈਂ ਜਦੋਂ ਜੇ ਗੱਲ ਕਰਾਂ ਜਲ ਸਪਲਾਈ ਐਂਡ ਸੈਨੀਟੇਸ਼ਨ ਦਾ ਅਦਾਰਾ, ਜਿਹਦੇ ਵਿੱਚ ਲੋਕਾਂ ਨੂੰ ਪੀਣ ਵਾਲਾ ਪਾਣੀ ਦੇਣਾ ਹੈ, ਪਰ ਉਸ ਪਾਣੀ ਦੇਣ ਦੀ ਬਜਾਏ ਇੱਕ ਕੰਪਨੀ ਨੂੰ ਅਦਾਰਾ ਜਿਹੜਾ ਦਿੱਤਾ ਜਾ ਰਿਹਾ, ਭਰਤੀ ਨਹੀਂ ਕੀਤੀ ਜਾ ਰਹੀ, ਅਦਾਰਾ ਹੀ ਕੰਪਨੀ ਨੂੰ ਜਿਹੜਾ ਦਿੱਤਾ ਜਾ ਰਿਹਾ। ਇਹਦੇ ਨਾਲ ਹੀ ਮੁਲਾਜ਼ਮਾਂ ਦਾ ਜਿਹੜਾ ਆ ਉਹ 5.5 ਸਾਲ ਦਾ ਬਕਾਇਆ ਜਿਹੜਾ ਆ ਉਹ ਪੈਂਡਿੰਗ ਖੜ੍ਹਾ। ਇੱਕ ਨਹੀਂ, ਬਹੁਤ ਸਾਰੀਆਂ ਮੰਗਾਂ ਜਿਨ੍ਹਾਂ ਮੰਗਾਂ ਦਾ ਅਸੀਂ ਚਾਹੁੰਦੇ ਹਾਂ ਸਰਕਾਰ ਬੈਠ ਕੇ ਹੱਲ ਕਰੇ, ਪਰ ਸਰਕਾਰ ਵੱਲੋਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ, ਜਿਹਦੇ ਕਰਕੇ ਅੱਜ ਸਾਨੂੰ ਜਿਹੜੀ ਹੈ ਉਹ ਸਰਕਾਰ ਦੇ ਲਾਰਿਆਂ ਦੀ ਪੰਡ ਜਿਹੜੀ ਉਹ ਫੂਕਣੀ ਪਈ ਹੈ। ਇਹਦੇ ਤੋਂ ਅੱਗੇ 14 ਅਗਸਤ ਨੂੰ ਅਸੀਂ ਜ਼ਿਲ੍ਹੇ ਪੱਧਰ 'ਤੇ ਕਰ ਰਹੇ ਹਾਂ, ਅੱਜ ਭਾਵੇਂ ਸਮੁੱਚੇ ਪੰਜਾਬ ਦੇ ਅੰਦਰ ਵੱਖ ਵੱਖ ਥਾਵਾਂ ਦੇ ਉੱਤੇ 5 ਅਤੇ 6 ਨੂੰ ਇਹ ਰੈਲੀਆਂ ਕਰਕੇ ਲਾਰਿਆਂ ਦੀ ਪੰਡ ਫੂਕੀ ਜਾ ਰਹੀ ਹੈ। ਅੱਜ ਪੰਜਾਬ ਯੂਟੀ ਮੁਲਾਜ਼ਮ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜੋ ਸੰਘਰਸ਼ ਕਰ ਰਿਹਾ, ਅਤੇ ਮੁੱਖ ਮੰਤਰੀ ਨੇ ਮੀਟਿੰਗਾਂ ਵਾਰ ਵਾਰ ਦਿੱਤੀਆਂ, ਪਰ ਮੀਟਿੰਗਾਂ ਕਰਨ ਤੋਂ ਉਹ ਭੱਜ ਰਿਹਾ। ਹੁਣ ਲਾਸਟ ਵਿੱਚ ਵੀ ਜਿਹੜੀ ਜਲੰਧਰ ਚੋਣ ਜ਼ਿਮਨੀ ਚੋਣ ਸੀ, ਉਹ ਤੋਂ ਰੈਲੀ ਸੀ, ਰੈਲੀ ਤੋਂ ਪਹਿਲਾਂ ਇਹਨੇ ਸੱਦਾ ਦਿੱਤਾ ਤੁਹਾਡਾ ਮੀਟਿੰਗ ਕਰਾਂਗੇ, ਉਹ ਵੀ ਮੀਟਿੰਗ ਨਹੀਂ ਕੀਤੀ। ਫਿਰ 10 ਦਿਨ ਦਾ ਫਿਰ ਟਾਈਮ ਦਿੱਤਾ, 2 ਤਰੀਕ ਨੂੰ ਫਿਰ ਮੀਟਿੰਗ ਸੀ, ਪਰ ਉਹ 1 ਤਰੀਕ ਨੂੰ ਉਹ ਮੀਟਿੰਗ ਉਹ ਵੀ ਕੈਂਸਲ ਕਰ ਦਿੱਤੀ ਗਈ। ਇਸ ਕਰਕੇ ਫੌਰੀ ਤੌਰ 'ਤੇ ਇਸ ਫਰੰਟ ਨੇ ਪੂਰੇ ਪੰਜਾਬ ਦੇ ਵਿੱਚ 5 ਔਰ 6 ਅਗਸਤ ਨੂੰ ਇਹਦੇ ਮੁੱਖ ਮੰਤਰੀ ਦੇ ਲਾਰਿਆਂ ਦੀ ਜਿਹੜੀ ਪੰਡ ਹੈ ਉਹ ਫੂਕਣ ਦਾ ਫੈਸਲਾ ਕੀਤਾ, ਜਿਹਦੇ ਸੱਦੇ 'ਤੇ ਅੱਜ ਗੜਸ਼ੰਕਰ ਦੇ ਵਿੱਚ ਅਸੀਂ ਇਹ ਵੱਡੇ ਪੱਧਰ 'ਤੇ ਮੁਲਾਜ਼ਮ ਇਕੱਠੇ ਹੋ ਰਹੇ ਹਾਂ। ਉਹਦਾ ਕਾਰਨ ਹੈ ਕਿ ਇੱਕ ਤਾਂ ਬਹੁਤ ਵੱਡਾ ਇਸ਼ੂ ਆ ਜਿਹੜੇ ਪੰਜਾਬ ਦੇ ਮੁਲਾਜ਼ਮਾਂ ਦੇ, ਉਹ ਹਜੇ ਤੱਕ ਇਹਨਾਂ ਨੇ 1% ਵੀ ਹੱਲ ਨਹੀਂ ਕੀਤੇ, ਜਿਹ 'ਚ ਪੇਂਡੂ ਭੱਤਾ ਨਵੇਂ ਮੁਲਾਜ਼ਮਾਂ 'ਤੇ ਕੇਂਦਰੀ ਪੈਟਰਨ ਜਿਹੜਾ ਲਾਗੂ ਕੀਤਾ, ਪੰਜਾਬ ਦਾ ਸਕੇਲ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲੀ ਦਾ ਹੈ, DA ਦੀਆਂ ਕਿਸ਼ਤਾਂ ਹੈ, ਪੇ ਕਮਿਸ਼ਨ ਦਾ ਹੈ, ਹਜ਼ਾਰਾਂ ਜਿਹੜੀਆਂ ਪੋਸਟਾਂ ਪੰਜਾਬ ਦੀਆਂ ਖਾਲੀ ਆ ਉਹਨਾਂ ਨੂੰ ਭਰਨ ਦਾ। ਇਸ ਕਰਕੇ ਇਹਨਾਂ ਮੰਗਾਂ 'ਤੇ ਕਿੰਨਾ ਕੁ ਦੇਰ ਮੁੱਖ ਮੰਤਰੀ ਭੱਜੇਗਾ, ਇੱਕ ਦਿਨ ਉਹਨੂੰ ਟੇਬਲ 'ਤੇ ਆਉਣਾ ਹੀ ਪਏਗਾ, ਅਤੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਣਾ ਪਵੇਗਾ।